ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਸਾਡੀਆਂ ਜਥੇਬੰਦੀਆਂ ਤੁਹਾਡੇ ਨਾਲ ਆ, 24 ਘੰਟੇ ਅਸੀਂ ਇਹਨਾਂ ਦੇ ਨਾਲ ਆ। ਅਸੀਂ ਅੱਜ ਇਹਨਾਂ ਨੂੰ ਮਿਲ ਕੇ ਚੱਲੇ ਹਾਂ, ਸਾਰਾ ਡਿਸਕਸ ਅਸੀਂ ਰਾਜੇਵਾਲ ਸਾਹਿਬ ਦੇ ਨਾਲ, ਪੰਨੂ ਸਾਹਿਬ ਦੇ ਨਾਲ ਕਰਾਂਗੇ, ਸਾਰਾ ਮੈਟਰ ਉਹਨਾਂ ਨੂੰ ਸਮਝਾਵਾਂਗੇ। ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਇਹਨਾਂ ਵੀਰਾਂ ਨੂੰ, ਸਾਡੀਆਂ ਜਥੇਬੰਦੀਆਂ ਨੇ ਨਾਲ ਖੜੀਆਂ, ਕਿਤੇ ਧਰਨਾ ਲਾਉਣਾ ਪੈਂਦਾ ਵਾ, ਕਿਤੇ ਪ੍ਰਸ਼ਾਸਨ ਦੇ ਉੱਪਰ ਕੋਈ ਵੀ ਕੰਮ ਦੀ ਲੋੜ ਆ, ਅਸੀਂ ਇਹਨਾਂ ਦੇ ਨਾਲ 24 ਘੰਟੇ ਇਹਨਾਂ ਦੇ ਨਾਲ ਖੜੇ ਹਾਂ। ਤੁਹਾਡੀ ਜਥੇਬੰਦੀ ਵੱਲੋਂ ਕੋਈ ਤਾਲਮੇਲ ਕੀਤਾ ਜਾਏਗਾ ਆਪਣੇ ਜਥੇਬੰਦੀਆਂ ਨਾਲ? ਜੀ ਬਿਲਕੁਲ, ਸਾਡੀ ਜਥੇਬੰਦੀ ਹਿਮਾਚਲ ਸਰਕਾਰ ਦੇ ਨਾਲ ਤਾਲਮੇਲ ਕਰੇਗੀ, ਹਿਮਾਚਲ ਪੁਲਿਸ ਦੇ ਨਾਲ ਤਾਲਮੇਲ ਕਰੇਗੀ, ਇਸ ਕੇਸ ਦੀ ਉਚਿਤ ਜਾਂਚ ਕਰਵਾਏਗੀ, ਚਾਹੇ ਸਾਨੂੰ ਸਟੇਟ ਤੋਂ ਬਾਹਰ ਉਹਦੀ ਜਾਂਚ ਕਰਵਾਉਣੀ ਪਵੇ, ਇਹਦੀ ਉੱਚੀ ਜਾਂਚ ਕਰਵਾਵਾਂਗੇ, ਉੱਚ ਪੱਧਰੀ ਜਾਂਚ ਕਰਵਾ ਕੇ, ਚਾਹੇ ਸੁਪਰੀਮ ਕੋਰਟ ਜਾਣਾ ਪਵੇ ਸਾਨੂੰ, ਚਾਹੇ ਹਾਈ ਕੋਰਟ ਜਾਣਾ ਪਵੇ, ਉੱਚ ਪੱਧਰੀ ਜਾਂਚ ਕਰਵਾ ਕੇ ਇਸ ਪਰਿਵਾਰ ਨੂੰ ਇਨਸਾਫ ਦਵਾਵਾਂਗੇ। ਇੱਕ ਫਾਈਨੈਂਸ਼ੀਅਲ ਖਰਚਾ ਬਹੁਤ ਹੋ ਰਿਹਾ ਉਹਨਾਂ ਦਾ, ਕਿ ਕੋਈ ਸਰਕਾਰ ਵੱਲੋਂ ਵੀ ਉਹਨਾਂ ਨੂੰ ਕੋਈ ਦਿੱਤਾ? ਉਹ ਅਸੀਂ ਨਾ ਧਾਲੀਵਾਲ ਸਾਹਿਬ ਦੇ ਨਾਲ ਗੱਲ ਕੀਤੀ ਸੀ, ਇਹਨਾਂ ਨੇ ਵੀ ਕੀਤੀ, ਵੈਸੇ ਵੀ ਡੀ ਸੀ ਸਾਹਿਬ ਜਿਹੜਾ ਖਰਚਾ ਵਾ ਉਹ ਸਰਕਾਰ ਵੱਲੋਂ ਹੋਏਗਾ, ਫਿਰ ਅਸੀਂ ਵੀ ਡੀ ਸੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ, ਧਾਲੀਵਾਲ ਸਾਹਿਬ ਨੂੰ ਮੈਸੇਜ ਦੇ ਦਿੰਦੇ, ਉਹ ਬਹੁਤ ਵਧੀਆ ਮਦਦ ਕਰ ਰਹੇ ਆ, ਉਹਨਾਂ ਨੇ ਇੱਕ 0 FIR ਵੀ ਕਰਾਈ ਆ, ਉਹਦੇ ਵੀ ਉਹਨਾਂ ਦਾ ਧੰਨਵਾਦ ਆ, ਅਤੇ ਅੱਗੇ ਵੀ ਸਰਕਾਰ ਜਿਹੜਾ ਫਾਈਨੈਂਸ਼ੀਅਲ ਇਹਨਾਂ ਦੀ ਹੈਲਪ ਕਰੇਗੀ, ਅਸੀਂ ਵੀ ਇਹਨਾਂ ਦੇ ਨਾਲ ਆ, ਸਰਕਾਰ ਕੋਲੋਂ ਅਸੀਂ ਹੈਲਪ ਕਰਵਾਵਾਂਗੇ। ਇੱਕ ਡੀਜੀਪੀ ਦਾ ਬਿਆਨ ਆਇਆ ਦੇਖੋ, ਜਿਹੜਾ DGP ਸਾਹਿਬ ਦਾ ਬਿਆਨ ਆਇਆ ਬੜਾ ਬੇਤੁਕਾ ਬਿਆਨ ਆ, ਉਹ ਇੱਕ ਫਿਰਕੂ ਬਿਆਨ ਆ, ਉਹਨਾਂ ਨੇ ਕੋਈ ਨੈਸ਼ਨਲ ਲੈਵਲ ਦਾ ਬਿਆਨ ਨਹੀਂ ਦਿੱਤਾ। ਅਸੀਂ ਪੰਜਾਬੀ ਹਾਂ, ਅਸੀਂ ਇੰਡੀਆ ਦਾ ਹਿੱਸਾ ਵਾਂ, ਹਿਮਾਚਲ ਸਾਡਾ ਛੋਟਾ ਭਰਾ ਵਾ, ਹਿਮਾਚਲ ਵੀ ਸਾਡਾ ਹਿੱਸਾ, ਅਸੀਂ ਇੱਥੇ ਕੋਈ ਵੀ ਹਿਮਾਚਲ ਦਾ ਇੱਥੇ ਆਉਂਦਾ, ਇਹਨਾਂ ਦੇ ਬੜੇ ਲੋਕ ਇੱਥੇ ਬਿਜ਼ਨਸ ਕਰਦੇ, ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ, ਅਸੀਂ ਉਹਨਾਂ ਦੀ ਇੱਜ਼ਤ ਕਰਦੇ, ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ, ਔਰ ਉਹਨਾਂ ਨੇ ਸਾਡੀ ਹੈਲਪ ਕਰਨ ਦੀ ਬਜਾਏ ਸਾਡੇ ਪੰਜਾਬੀਆਂ ਨੂੰ, ਸਾਡੇ ਭਰਾਵਾਂ ਨੂੰ ਉਹਨਾਂ ਨੇ ਭੰਡਿਆ ਏ। ਉਹਨਾਂ ਨੂੰ ਇੱਕ ਨਿਰਪੱਖ ਗੱਲ ਕਰਨੀ ਚਾਹੀਦੀ ਸੀ, ਜਿਹੜੇ ਉਹ ਸੰਬੰਧਿਤ ਉੱਥੇ ਥਾਣੇ ਵਾਲੇ ਜਿਹੜੇ ਆਫਿਸਰ ਆ ਉਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ, ਔਰ ਜਿਹੜੇ ਉੱਥੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਆ, ਕੰਗਣਾ ਰਾਉਤ ਦੇ ਕਰਕੇ ਜਿਹੜਾ ਉਹਨਾਂ ਨੇ ਸਾਡੇ ਨਾਲ ਫਿਰਕੂ ਹਿੰਸਾ ਕੀਤੀ ਆ, ਸ਼ਰਾਰਤੀ ਅਨਸਰਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ, ਅਤੇ ਉਹਨਾਂ ਨੂੰ ਬਿਆਨ ਇਹ ਦੇਣਾ ਚਾਹੀਦਾ ਸੀ ਕਿ ਅਸੀਂ ਉਹ ਜਿਹੜੇ ਅਫਸਰ ਆ ਸਸਪੈਂਡ ਕਰਦੇ ਆ, ਅਤੇ ਜਿਹੜੇ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਦੇ ਉੱਪਰ ਕਾਰਵਾਈ ਕਰ ਰਹੇ ਹਾਂ, ਅਤੇ ਇਹ ਕਹਿਣਾ ਚਾਹੀਦਾ ਸੀ ਵੀ ਇੱਥੇ ਸੈਲਾਨੀ ਕੋਈ ਵੀ ਆਵੇ ਉਹ ਸੁਰੱਖਿਅਤ ਆ, ਪੰਜਾਬੀਆਂ ਲਈ ਵੈਲਕਮ ਆ, ਪਰ ਉਹਨਾਂ ਦੇ ਬਿਆਨ ਦੀ ਸਖਤ ਨਿੰਦਾ ਕਰਦੇ ਹਾਂ। ਸੁੱਖੂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਐਕਸ਼ਨ ਲੈ ਕੇ, ਇਮੀਡੀਏਟਲੀ ਐਕਸ਼ਨ ਲੈ ਕੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਓ, ਅਤੇ DGP ਦੇ ਬਿਆਨ ਦੀ ਵੀ ਨਿੰਦਾ ਕਰੋ, ਅਤੇ ਇੱਕ ਆਪਣਾ ਸਰਕਾਰ ਬਿਆਨ ਦੇਵੇ, ਖੁਦ ਸਾਨੂੰ ਦੱਸੇ ਕਿ ਉਹ ਸਾਡੇ ਨਾਲ ਆ, ਕਿ ਕਿਹਦੇ ਨਾਲ ਆ, ਸ਼ਰਾਰਤੀ ਅਨਸਰਾਂ ਦੇ ਨਾਲ ਆ ਕਿ ਸਾਡੇ ਨਾਲ ਆ। ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸਮਾਜ ਸੰਯੁਕਤ ਮੋਰਚੇ ਵਾਲੇ ਜਿਹੜੇ ਮੇਰੇ ਵੀਰ ਨੇ ਸੁਖਜਿੰਦਰ ਸਿੰਘ ਮਾਹੂ ਔਰ ਹੋਰ ਵੀ ਸਰਬੱਤ ਭੜਾ ਤੋਂ ਵੀਰ ਸੁਖਰਾਜ ਸਿੰਘ ਕੋਲ ਇਕੱਠੇ ਆਏ ਹਾਂ, ਪਤਾ ਲੈਣ ਵਾਸਤੇ ਆਏ ਸੀ ਇਹਨਾਂ ਦਾ ਜਿਹੜਾ ਹਿਮਾਚਲ ਦੇ ਵਿੱਚ ਹੋਇਆ, ਔਰ ਪੰਜਾਬੀਆਂ ਦੀ ਦਰਿਆਦਲੀ ਹੈ ਕਿ ਜਿਹੜਾ ਵੀ ਇੱਥੇ ਕੋਈ ਕਾਂਡ ਹੁੰਦਾ, ਕੋਈ ਬਾਹਰਲਾ ਆਣ ਕੇ ਜੇ ਕਿਸੇ ਨੂੰ ਕੋਈ ਵੀ ਦਿੱਕਤ ਆਉਂਦੀ, ਸਾਡੇ ਪੰਜਾਬੀ ਹਮੇਸ਼ਾ ਦਰਿਆਦਲੀ ਵਿਖਾ ਕੇ ਬਾਹਰਲੇ ਦੀ ਸਪੋਰਟ ਕਰਦੇ, ਔਰ ਜੋ ਹਾਲਾਤ ਬਣਦੇ ਜਾ ਰਹੇ ਨੇ, ਇਹ ਤੰਗ ਸੋਚ ਦੇ ਮਾਲਕ ਨੇ ਜੋ ਸਾਡੇ ਵੀਰਾਂ ਨੂੰ ਗਿਆਨ ਘੁੰਮਣਾ ਗਿਆ ਨੂੰ, ਔਰ ਜਿਹੜਾ ਜੋ ਕਿ ਟੂਰਿਸਟ ਨੇ ਉਹਨਾਂ ਦਾ ਸਾਰਾ ਕਾਰੋਬਾਰ ਚੱਲਦਾ, ਉਹਨਾਂ ਨੂੰ ਜਿਹਨਾਂ ਨੇ ਹਾਰਟ ਕੀਤਾ, ਟੱਚ ਕਰਕੇ ਉਹਨੂੰ ਐਡੇ ਵੱਡੇ ਜ਼ਖਮ ਦਿੱਤੇ ਆ, ਸਿਰ ਦੀਆਂ ਸੱਟਾਂ ਜਾਂ ਹੋਰ ਬਾਹਾਂ ਦੀਆਂ ਸੱਟਾਂ ਦਿੱਤੀਆਂ, ਅੱਤ ਨਿੰਦਣਯੋਗ ਹੈ ਜੀ। ਔਰ ਦੂਸਰੀ ਗੱਲ ਇਹ ਆ ਕਿ ਮੈਂ ਗੱਲ ਕਰ ਰਿਹਾ ਸੀ ਵੀਰ ਜੀ ਹੁਣਾਂ ਨਾਲ, ਤਕਰੀਬਨ ਹੁਣ ਤੱਕ 7 ਤੋਂ 8 ਲੱਖ ਰੁਪਇਆ ਇਹਨਾਂ ਦਾ ਲੱਗ ਚੁੱਕਾ, ਔਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵਾਂ, ਜਿਹੜੇ ਵੀ ਵੀਰ ਭਰਾ ਹੈਗੇ ਨੇ ਫਾਈਨੈਂਸ਼ੀਅਲੀ ਤੌਰ 'ਤੇ ਜੋ ਵੀ ਸਪੋਰਟ ਕਰ ਸਕਦੇ ਨੇ ਉਹ ਵੀ ਸਪੋਰਟ ਕਰਨ, ਜ਼ਰੂਰ ਇਹਨਾਂ ਦੀ ਸਪੋਰਟ ਕਰਨ। ਔਰ ਇਹ ਮੈਂ ਵੇਖ ਰਿਹਾ ਕਿ ਭਗਵੰਤ ਮਾਨ ਸਾਹਿਬ ਦੀ ਇੱਕ ਸੋਚ ਸੀਗੀ ਕਿ ਇੱਥੇ ਗੋਰੇ ਵੀ ਕੰਮ ਕਰਨ ਆਉਣਗੇ, ਔਰ ਉਹਨਾਂ ਦੀ ਸੋਚ ਦੇ ਉੱਤੇ ਫੁੱਲ ਚੜ੍ਹਦੇ ਵੇਖ ਰਹੇ ਨੇ, ਉਹ ਗੋਰੇ ਵੀ ਆਣ ਕੇ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਉੱਥੋਂ ਹੀ ਨੇ ਫੋਰਨ ਤੋਂ, ਉਹ ਵੀ ਆ ਕੇ ਇੱਥੇ ਕੰਮ ਕਰਨਾ ਚਾਹੁੰਦੇ ਨੇ, ਅਤੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਹੂੰਗਾ, ਸਾਡੇ CM ਸਾਹਿਬ ਨੂੰ,
ਕਰਕੇ ਜ਼ਰੂਰ ਇਹਨਾਂ ਦੀ ਸਪੋਰਟ ਕਰਨ, ਪਰ ਉਧਰਲੀ ਸਰਕਾਰ ਜਿਹੜੀ ਹੈ ਹਿਮਾਚਲ ਦੀ ਸਰਕਾਰ ਆ ਉਹਨਾਂ 'ਤੇ ਦਬਾਅ ਬਣਾ ਕੇ ਪ੍ਰੈਸ਼ਰ ਬਣਾ ਕੇ ਇਹਨਾਂ ਦੇ ਜੋ ਬਣਦੀਆਂ ਕਾਨੂੰਨੀ ਕਾਰਵਾਈਆਂ ਉਹ ਕਰਵਾਈਆਂ ਜਾਣ। ਅੱਜ ਤੱਕ CM ਸਾਹਿਬ ਚੁੱਪ ਨੇ ਅਤੇ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ, ਨਾ ਕੋਈ ਇਹਨਾਂ ਨਾਲ ਕੋਈ ਫਾਈਨ 'ਤੇ ਰਾਬਤਾ ਕੀਤਾ ਗਿਆ? ਜ਼ਰੂਰ ਕਰਨਗੇ ਜੀ, ਉਹਨਾਂ ਦਾ ਫਰਜ਼ ਬਣਦਾ ਵਾ, ਔਰ ਮੈਨੂੰ ਇਕਲੌਤੇ ਉਹੀ ਇਨਸਾਨ ਨਜ਼ਰ ਆਉਂਦੇ ਨੇ ਜਿਹੜੇ ਲੋਕਾਂ ਦੇ ਵਿੱਚ ਪਿਆਰ ਬਣਾ ਚੁੱਕੇ ਨੇ। ਜ਼ਰੂਰ ਕਰਨਗੇ, ਉਹਨਾਂ ਦਾ ਵਕਤ ਵੀ ਕੁਛ ਹੋ ਸਕਦਾ ਕਿਉਂਕਿ ਇੰਨਾ ਵੱਡਾ ਪੰਜਾਬ ਸਾਂਭਣਾ, ਔਰ ਹੈ ਤਾਂ ਇਹ ਵੀ ਕਾਫੀ ਵੱਡੀ ਘਟਨਾ ਵਾ। ਔਰ ਜਿੱਦਾਂ ਧਾਲੀਵਾਲ ਦੇਖੋ, ਧਾਲੀਵਾਲ ਸਾਹਿਬ ਵੀ ਅਤੇ ਉਹਨਾਂ ਦੇ ਮੰਤਰੀ ਨੇ ਨਾ, ਉਹ ਆ ਕੇ ਗਏ ਨੇ, ਕੱਲ੍ਹ ਆ ਕੇ ਗਏ ਨੇ, ਜ਼ਰੂਰ ਆਉਣਗੇ। ਗਿੱਲ ਸਾਹਿਬ ਵੀ ਜ਼ਰੂਰ ਆਉਣਗੇ, ਉਹਨਾਂ ਵੱਲੋਂ ਅਸੀਂ ਆਏ ਹਾਂ, ਔਰ ਸਾਰੇ ਆਉਣਗੇ, ਸਾਰੇ ਸਪੋਰਟ ਕਰਾਂਗੇ। ਦੇਖੋ ਜੀ, ਧਾਲੀਵਾਲ ਸਾਹਿਬ ਨੂੰ ਬੇਨਤੀ ਕਰਾਂਗੇ ਜ਼ਰੂਰ, ਮੈਂ ਖੁਦ ਜਾ ਕੇ ਗਿੱਲ ਸਾਹਿਬ ਨੂੰ ਵੀ ਕਹਾਂਗਾ ਕਿ ਫਾਈਨੈਂਸ਼ੀਅਲੀ ਸਪੋਰਟ ਕੀਤੀ ਜਾਵੇ, ਜਾਂ ਹੋਸਪਿਟਲ ਦੇ ਬਿੱਲ ਵਿੱਚ ਜੋ ਵੀ ਰਿਆਇਤ ਕਰਵਾ ਸਕਦੇ ਕਰਵਾ ਸਕਣਗੇ। ਲੱਗਦਾ ਨਹੀਂ ਭਗਵੰਤ ਮਾਨ ਸਾਹਿਬ ਨੂੰ ਇਸ ਮਾਮਲੇ 'ਚ ਅਜੇ ਦਾ ਦੋ ਸਟੇਟ ਦਾ ਮਾਮਲਾ? ਬਿਲਕੁਲ ਜੀ, ਆਉਣਗੇ ਆਉਣੀ, ਉਹਨਾਂ ਦੇ ਘਰ ਦੀ ਗੱਲ, ਉਹਨਾਂ ਦੇ ਘਰ 'ਤੇ ਅਟੈਕ ਹੋਇਆ, ਪਰ ਕੋਈ ਉਹਨਾਂ ਦਾ ਆਇਆ ਹੀ ਬਿਆਨ ਨਹੀਂ। ਵੀਰ ਜੀ, ਆ ਜਾਏਗਾ ਬਿਆਨ, ਉਹਨਾਂ ਦਾ ਬਿਆਨ ਨਾ ਆਉਣ ਦਾ ਕਾਰਨ ਕੋਈ ਵੀ ਹੋ ਸਕਦਾ, ਉਹ ਜ਼ਰੂਰ ਆਪਣਾ ਪੱਖ ਕਲੀਅਰ ਕਰਨਗੇ, ਕੋਈ ਐਡੀ ਵੱਡੀ ਗੱਲ ਨਹੀਂ ਕਿ ਉਹ ਬਿਆਨ ਨਾ ਕਲੀਅਰ ਕਰਨਗੇ। ਉਹਨਾਂ ਦੇ ਵੱਲੋਂ ਹੀ ਧਾਲੀਵਾਲ ਸਾਹਿਬ ਮੰਤਰੀ ਆਏ ਨੇ, ਔਰ ਸਪੋਰਟ ਕਰਕੇ ਗਏ ਨੇ, ਪੂਰਾ ਹਮੇਸ਼ਾ ਭਰੋਸਾ ਦੇ ਕੇ ਗਏ ਨੇ ਕਿ ਜਿੱਥੇ ਵੀ ਕਿਤੇ ਲੋੜ ਪਏਗੀ ਨਾਲ ਖੜਾਂਗੇ।